पठानकोट शहर के लमीनी में शॉर्ट सर्किट के कारण एक घर में अचानक आग लग गई। हालांकि घर में कोई भी नहीं था। पड़ोसी ने इसकी सूचना दमकल विभाग और पुलिस को दी। सूचना पाते ही दमकल विभाग मौके पर पहुंचा, वे आग पर काबू पाया गया। जानकारी देते हुए स्थानीय निवासी शीला लमीनी ने बताया। ਲਮਣੀ ਹੈ ਜੀ ਤੇ ਮੈਂ ਉੱਪਰ ਲਮਣੀ ਦਾ ਰਹਿਣ ਵਾਲਾ ਹਾਂ। ਕੀ ਕਾਰਨ ਆ ਜਿਹੜੀ ਅੱਗ ਲੱਗੀ ਅੱਜ? ਕਾਰਨ ਜੀ ਉਹ ਆਏ ਫਾਇਰ ਬ੍ਰਿਗੇਡ ਵਾਲੇ ਵੀ ਵਿਚਾਰੇ, ਉਹਨਾਂ ਨੂੰ ਵੀ ਫੋਨ ਕਰਕੇ ਪਹਿਲਾਂ ਸੱਦਿਆ ਤੇ ਉਹਨਾਂ ਨੇ ਵੀ ਆਣ ਕੇ ਦੇਖਿਆ ਤੇ ਨਾਲ ਦੂਜਾ ਪੁਲਿਸ ਵਾਲੇ ਵੀ ਆਏ ਭਾਈ ਸਾਹਿਬ, ਉਹਨਾਂ ਨੇ ਵੀ ਉਹਨਾਂ ਦੀ ਮੌਜੂਦਗੀ 'ਚ ਜਿਹੜੇ ਤਾਲੇ ਤੁਲੇ ਬਣਾਏ ਆ ਤੇ ਜਿਹੜਾ ਕਾਰਨ ਅੰਦਰ ਇਹੋ ਹੀ ਕਹਿੰਦੇ ਕੋਈ LED ਨੂੰ ਕੋਈ ਸ਼ਾਰਟ ਸਰਕਟ ਕਰਕੇ ਜਿਹੜੀ ਅੱਗ ਉੱਗ ਲੱਗੀ ਹੈ। ਕਿਹਨਾਂ ਦਾ ਘਰ ਹੈ? ਇਹ ਘਰ ਇੱਕ ਸਰਦਾਰ ਜੀ ਹੈ ਜੀ, ਆਪਣੇ ਨਾਂ ਦਾ ਤੇ ਪੱਕਾ ਮੈਨੂੰ ਵੀ ਨਹੀਂ ਪਤਾ, ਪਰ ਇਹ ਸਰਦਾਰ ਜੀ ਇੱਥੇ ਕੋਈ 2-3 ਸਾਲਾਂ ਤੋਂ ਰਹਿ ਰਹੇ ਆ। ਜਦੋਂ ਅੱਗ ਲੱਗੀ ਕੋਈ ਘਰ 'ਚ ਹੈਗਾ ਸੀ? ਨਹੀਂ, ਉਦੋਂ ਕੋਈ ਵੀ ਨਹੀਂ ਘਰ 'ਚ, ਤਾਲੇ ਲੱਗੇ ਪਏ ਸੀ। ਗੁਆਂਢੀ ਨੇ ਦੇਖਿਆ ਕਿ ਉਹ ਕਹਿੰਦੇ ਅੰਦਰ ਕੋਈ ਆਵਾਜ਼ ਆਈ ਹੈ ਬਹੁਤ ਜ਼ਿਆਦਾ, ਬਸ ਸਮੈਲ ਜੀ ਆਈ। ਸਮੈਲ ਦੇ ਬਾਅਦ ਉਹਨੂੰ ਦੇਖਿਆ ਵੀ ਕਹਿੰਦੇ ਯਾਰ ਵੀ ਅੰਦਰ ਤੇ ਲੱਗਦਾ ਇੱਦਾਂ ਤਾਰਾਂ ਤੁਰਾਂ ਸੜਨ ਦੀਆਂ, ਤੇ ਜਦੋਂ ਚੈੱਕ ਕੀਤਾ ਤਾਂ ਉਹ ਅੰਦਰ ਅੱਗ ਲੱਗੀ ਪਈ। ਫਿਰ ਉਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਇਨਫੋਰਮ ਕਰਕੇ ਤੇ ਨਾਲ ਪੁਲਿਸ ਵਾਲਿਆਂ ਨੂੰ ਸੱਦ ਕੇ ਉਹਨਾਂ ਦੀ ਮੌਜੂਦਗੀ 'ਚ ਤਾਲੇ ਤੁਲੇ ਬਣਾਏ ਆ ਤੇ ਅੱਗ ਤੋਂ ਕਾਬੂ ਪਾ ਲਿਆ ਗਿਆ ਤੇ ਉਹਨਾਂ ਦਾ ਰਹਿ ਕੋਈ ਨੁਕਸਾਨ ਨਹੀਂ ਹੋਇਆ।